ਤੇ ਸਭ ਤੋਂ ਪਹਿਲਾਂ ਮੇਰੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਆਪਾਂ ਸਾਰਿਆਂ ਨੂੰ ਜੋ ਸਵਿਫਟ ਡਿਜ਼ਾਇਰ ਕਾਰ ਸੇਲ ਕੀਤੀ ਆ, ਅਤੇ ਇਹਨਾਂ ਤੋਂ ਆਪਾਂ ਪੁੱਛਦੇ ਹਾਂ ਕਿ ਕਿਸ ਜ਼ਰੀਏ ਆਪਣੇ ਕੋਲ ਪਹੁੰਚੀ ਆ, ਕਿਹੜੀ ਜਗ੍ਹਾ ਤੋਂ ਆਏ ਆ ਅਤੇ ਕਿੱਦਾਂ ਦੀ ਕਾਰ ਲੱਗੀ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ? ਸਰ ਮੈਂ ਜਗਰਾਉਂ ਤੋਂ, ਸਰਦਾਰ ਪਿੰਡ ਕੋਲ ਪਿੰਡ ਹੈ ਜੀ, ਮਦਾਰਪੁਰਾ ਪਿੰਡ ਹੈ ਮੇਰਾ ਜੀ। ਓਕੇ। ਤੋ ਸਰ ਮੈਂ ਮਤਲਬ ਐਕਚੁਅਲੀ ਘਰ ਯੂਟਿਊਬ 'ਤੇ ਵੀਡੀਓ ਦੇਖੀ ਸੀ ਆਪਣੀ ਭੰਡਾਰੀ ਕਾਰ ਬਾਜ਼ਾਰ ਦੀ। ਓਕੇ। ਸੋ ਮੈਨੂੰ ਗੱਡੀਆਂ ਵਧੀਆ ਲੱਗੀਆਂ, ਸੋ ਮੈਂ ਵੀਡੀਓ ਦੇਖਣ ਤੋਂ ਬਾਅਦ ਤੁਰੰਤ ਇਹਨਾਂ ਕੋਲ ਪਹੁੰਚਿਆ, ਇਹਨਾਂ ਨਾਲ ਸੰਪਰਕ ਕੀਤਾ, ਕੰਟੈਕਟ ਕੀਤਾ ਫੋਨ 'ਤੇ। ਸੋ ਇਸ ਕਰਕੇ ਇਹਨਾਂ ਕੋਲ ਆ ਕੇ ਮੈਂ ਆਪਣੀ ਕਾਰ ਖਰੀਦੀ। ਵਧੀਆ ਲੱਗੀ ਸਰ ਤੁਹਾਨੂੰ ਕਾਰ? ਹਾਂਜੀ, ਬਹੁਤ ਵਧੀਆ। ਸੈਟੀਸਫਾਈ ਆ ਤੁਸੀਂ ਕਾਰ ਪਰ? ਬਿਲਕੁਲ ਜੀ, ਬਿਲਕੁਲ। ਅਤੇ ਹੋਰ ਆਪਣੇ ਵੀਰਾਂ ਨੂੰ ਕੀ ਕਹਿਣਾ ਚਾਹੋਗੇ? ਸਰ ਮੈਂ ਤਾਂ ਇਹੀ ਕਹਿਣਾ ਕਹੂੰਗਾ ਵੀ ਪਰ ਜਿਨ੍ਹਾਂ ਨੇ ਮਤਲਬ ਗੱਡੀ ਵਗੈਰਾ ਲੈਣੀ ਹੋਵੇ, ਹਾਂਜੀ, ਇਹਨਾਂ ਨਾਲ ਸੰਪਰਕ ਕਰੋ, ਆ ਕੇ ਲਓ ਜ਼ਰੂਰ ਗੱਡੀ। ਸ਼ੁਕਰੀਆ ਜੀ। ਹਾਂਜੀ ਵੀ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ? ਅਤੇ ਸਭ ਤੋਂ ਪਹਿਲਾਂ ਮੇਰੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਉਮੀਦ ਆ ਕਿ ਮੇਰੇ ਸਾਰੇ ਵੀਰ ਵਧੀਆ ਹੋਣਗੇ। ਸੋ ਅੱਜ ਦੇ ਨਵੇਂ ਵਲੋਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਆ। ਅਤੇ ਅੱਜ ਦੇ ਵਲੋਗ 'ਚ ਆਪਾਂ ਨੂੰ ਕਾਰਜ ਮਿਲਣਗੀਆਂ, ਉਹ ਹੈਚਬੈਕ, ਸਡਾਨ ਐਂਡ SUV ਕਾਰ, ਜਿਹਦੇ ਵਿੱਚ ਮੈਨੂਅਲ ਐਂਡ ਆਟੋਮੈਟਿਕ ਟ੍ਰਾਂਸਮਿਸ਼ਨ ਮਿਲਣਗੇ ਆਪਾਂ ਨੂੰ, ਜੋ ਕਿ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਕਾਰਜ ਆ। 3 ਨੰਬਰ ਇਨਫੋਰਮੇਸ਼ਨ ਦਿੰਦੇ ਹਾਂ ਆਪਾਂ। ਸੋ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਜਿਹੜੇ ਮੇਰੇ ਵੀਰ ਨਵੇਂ ਆਏ ਆ ਅਤੇ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਚੈਨਲ ਆਪਣਾ ਸਬਸਕ੍ਰਾਈਬ ਕੀਤਾ। ਸੋ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਰੈੱਡ ਬਟਨ ਪ੍ਰੈਸ ਕਰਕੇ, ਉਸ ਦੇ ਨਾਲ ਬੈਲ ਨੋਟੀਫਿਕੇਸ਼ਨ ਵਾਲਾ ਬਟਨ ਆ ਰਿਹਾ, ਉਸਨੂੰ ਦਬਾਉਣਾ ਨਾ ਭੁੱਲਿਓ, ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤੁਹਾਨੂੰ, ਅਤੇ ਤੁਸੀਂ ਦੇਖ ਸਕੋ ਸਾਡੀ ਵੀਡੀਓ। ਅਤੇ ਹੁਣ ਆਪਾਂ ਕਰਦੇ ਭੰਡਾਰੀ ਸਰ ਨਾਲ ਗੱਲ, ਅਤੇ ਲੈਂਦੇ ਕਾਰਜ ਬਾਰੇ ਇਨਫੋਰਮੇਸ਼ਨ ਕਿ ਕਿਹੜਾ ਕਿਹੜਾ ਸਟਾਕ ਆਇਆ ਆਪਣੇ ਕੋਲ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਇੰਡੀਅਨ ਵਾਲਿਆਂ ਨੂੰ, ਐਨਆਵਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਸੋ ਸਰ, ਅੱਜ ਦੇ ਵਲੋਗ 'ਚ ਆਪਾਂ ਕਿਹੜੇ ਕਿਹੜੇ ਸਟਾਕ ਲੈ ਕੇ ਵੀਰਾਂ ਲਈ? ਸਰ ਅੱਜ ਆਟੋਮੈਟਿਕ ਵਰਜਨ ਵੀ ਆਇਆ ਅਤੇ ਮੈਨੂਅਲ ਵੀ ਆ ਜੀ। ਓਕੇ। ਕਾਰਾਂ ਬਹੁਤ ਵਧੀਆ ਕੰਡੀਸ਼ਨ 'ਚ ਔਰ ਘੱਟ ਚੱਲੀਆਂ ਕਾਰਾਂ। ਓਕੇ। ਕਿ ਕਿਹੜੀ ਈਅਰਸ ਦਾ, ਕਿੱਦਾਂ ਆਪਾਂ ਕਹਿ ਸਕਦੇ, ਕਿਹੜੇ ਕਿਹੜੇ ਸਾਲ ਦੀਆਂ ਕਾਰਾਂ? ਕਿੱਦਾਂ? ਸਰ ਉੱਪਰਲੇ ਮਾਡਲ ਵੀ ਆ, ਜਿੱਦਾਂ 17-18-19 ਮਾਡਲ ਕਾਰਾਂ। ਠੀਕ ਹੈ ਜੀ। ਬਹੁਤ ਸੋਹਣੀਆਂ ਨਵੀਆਂ ਕਾਰਾਂ। ਠੀਕ ਹੈ। ਅਤੇ ਇੱਕ ਆਪਣਾ ਫੈਸਿਲਿਟੀ ਬਾਰੇ ਦੱਸਣਾ, ਕਿਹੜੀ ਕਿਹੜੀ ਫੈਸਿਲਿਟੀਜ਼ ਆਪਣੇ ਕੋਲ ਅਵੇਲੇਬਲ ਆ? ਫੈਸਿਲਿਟੀ ਸਰ ਆਪਣੇ ਕੋਲ ਲੋਨ ਦਾ ਵੀ ਮੌਕੇ 'ਤੇ ਆਪਾਂ 24 ਘੰਟੇ 'ਚ ਗੱਡੀ ਡਿਲੀਵਰ ਕਰ ਸਕਦੇ ਹਾਂ। ਲੋਨ ਜੇ ਕਿਸੇ ਆਪਣੇ ਵੀਰ ਨੇ ਲੋਨ ਲੈਣਾ ਹੋਵੇ, ਹਾਂਜੀ, ਉੱਥੇ ਆਪਾਂ ਵੱਧ ਤੋਂ ਵੱਧ 70-80% ਆਪਾਂ ਲੋਨ ਕਰਵਾ ਕੇ ਦਿੰਦੇ ਹਾਂ। ਠੀਕ ਹੈ ਜੀ। ਅਤੇ ਇੰਸ਼ੋਰੈਂਸ ਦੀ ਫੈਸਿਲਿਟੀ ਵੀ ਆਪਣੇ ਕੋਲ ਅਵੇਲੇਬਲ? ਇੰਸ਼ੋਰੈਂਸ ਦਾ ਵੀ ਮੌਕੇ 'ਤੇ ਹੋ ਜਾਂਦਾ। ਠੀਕ ਹੈ। ਸੋ ਦੋਸਤੋ, ਆਪਣੇ ਕੋਲ ਜੋ ਫੈਸਿਲਿਟੀਜ਼ ਆ, ਆਪਣੇ ਕੋਲ ਲੋਨ ਫੈਸਿਲਿਟੀ ਅਵੇਲੇਬਲ ਆ, ਜੇ ਕਿ ਵੀਰ ਇੰਸ਼ੋਰੈਂਸ ਵਗੈਰਾ ਕਰਵਾਉਣਾ ਚਾਹੁੰਦੇ, ਸੋ ਉਹ ਵੀ ਫੈਸਿਲਿਟੀ ਆਪਣੇ ਕੋਲ ਅਵੇਲੇਬਲ ਆ ਜੀ। ਅਤੇ ਹੁਣ ਆਪਾਂ ਕਰਦੇ ਹਾਂ ਅੱਜ ਦਾ ਵਲੋਗ ਸਟਾਰਟ, ਅਤੇ ਦਿੰਦੇ ਤੁਹਾਨੂੰ ਕਾਰਜ਼ ਬਾਰੇ ਇਨਫੋਰਮੇਸ਼ਨ ਜੀ। ਸਰ i20 2017 ਮਾਡਲ, ਪੈਟਰੋਲ ਵਰਜਨ। ਬਹੁਤ ਵਧੀਆ ਕੰਡੀਸ਼ਨ 'ਚ ਕਾਰ, ਲੈਦਰ ਦੇ ਸੀਟ ਕਵਰ, ਸਟੀਅਰਿੰਗ ਕੰਟਰੋਲ, ਡਬਲ ਏਅਰ ਬੈਗ ਵਾਲਾ ਮਾਡਲ, ਕੰਪਨੀ ਸਟੀਰੀਓ ਸਿਸਟਮ, ਆਰਮ ਰੈਸਟ, ਇੰਟੀਰੀਅਰ ਵਾਈਜ਼ ਵੀ ਕਾਰ ਬਹੁਤ ਵਧੀਆ। 60,000 ਕਿਲੋਮੀਟਰ ਟੋਟਲ ਕਾਰ ਰਨਿੰਗ ਹੈ ਜੀ, ਕੰਪਨੀ ਰਿਕਾਰਡ। ਟਾਇਰ ਨਵੇਂ ਲੱਗ ਗਏ, ਸਪੋਰਟਸ ਮਾਡਲ, ਬੈਕ ਕੈਮਰਾ, PV32 ਨਵੇਂ ਸ਼ਹਿਰ ਦਾ ਨੰਬਰ, ਫਸਟ ਪਾਰਟੀ ਕਾਰ। ਸਾਰੀ ਕਾਰ ਦੇ ਵਿੱਚੋਂ ਸਿਰਫ ਬੰਪਰ ਰੀਪੇਂਟ ਹੈ, ਦੋਨੋਂ ਬੋਡੀ ਲੈਂਥ ਸਾਰੀ ਟੋਟਲ ਓਰੀਜਨਲ ਹੈ। ਇੰਜਨ ਵਾਈਜ਼ ਵੀ ਤੁਹਾਨੂੰ ਦਿਖਾਉਂਦੇ ਹਾਂ, ਬਿਲਕੁਲ ਸ਼ੋਰੂਮ ਵਰਗੀ ਕਾਰ ਹੈ ਨਵੀਂ। ਇਹ ਸਾਰਾ ਆਪਾਂ ਕਾਰ ਦੇ ਦਾਂਗੇ, 5,65,000 ਰੁਪਏ ਦੀ, 2017 ਮਾਡਲ, ਸਪੋਰਟਸ ਮਾਡਲ, ਪੈਟਰੋਲ ਵਰਜਨ ਜੀ। ਸਰ ਸਾਡੇ ਪੰਜਾਬੀ ਵੀਰਾਂ ਦੀ ਸ਼ਾਨ ਸਕਾਰਪੀਓ,
VLX ਮਾਡਲ ਟਾਪ ਮਾਡਲ 13 VIP ਨੰਬਰ ਪੇਡ ਨੰਬਰ ਹੈ 2424 ਟਾਇਰ ਬ੍ਰਿਜਸਟੋਨ ਦੇ ਨਵੇਂ ਅਲਾਏ ਕੰਪਨੀ ਵਾਲੇ ਐਮ ਹੌਕ ਇੰਜਨ VLX ਮਾਡਲ ਟਾਪ ਐਂਡ ਮਾਡਲ ਔਰ ਕਾਰ ਇਸ ਤਰ੍ਹਾਂ ਦੀ ਹੋਏਗੀ ਸਰ ਜਿਹੜਾ ਵੀਰ ਵੀ ਸਾਡਾ ਲੈ ਕੇ ਜਾਊਗਾ ਨਾ ਦੇਖਣ 'ਚ ਵੀ ਕਾਰ ਨਵੀਂ ਚਲਾਉਣ 'ਚ ਵੀ ਨਵੀਂ ਔਰ ਜਿਹੜਾ ਵੀਰ ਲੈ ਕੇ ਜਾਊਗਾ ਇੱਕ ਨਹੀਂ 10 ਵੀਰਾਂ ਨੂੰ ਸਾਡੇ ਕੋਲ ਜ਼ਰੂਰ ਕਾਰ ਹੋਰ ਖਰੀਦਣ ਵਾਸਤੇ ਭੇਜੇਗਾ ਇਸ ਚੀਜ਼ ਦੀ ਗਰੰਟੀ ਆ ਔਰ ਕਾਰ ਚਲਾਵੇ 'ਚ ਵੀ ਬਿਲਕੁਲ ਨਵੀਂ ਹੋਊਗੀ ਔਰ ਬੋਡੀ ਲਾਈਨ ਸਾਰੀ ਟੋਟਲ ਓਰਿਜਨਲ ਸਿਰਫ ਅਗਲਾ ਪਿਛਲਾ ਬੰਪਰ ਦੇ ਕੋਰਨਰ ਟਚਿੰਗ ਆਪ ਅਸੀਂ ਖੁਦ ਕਰਵਾਏ ਬੋਡੀ ਲਾਈਨ ਬਿਲਕੁਲ ਨਵੀਂ ਟੋਟਲ ਜੈਨੂਨ ਚੱਲੀ ਹੋਈ 1,22,000 ਕਿਲੋਮੀਟਰ ਕਾਰ ਜੈਨੂਨ ਕੰਪਨੀ ਰਿਕਾਰਡ ਨਾਲ ਚੱਲੀ ਔਰ ਚਲਾਵਾ ਇਸ ਤਰ੍ਹਾਂ ਦਾ ਜਿਸ ਤਰ੍ਹਾਂ 20,000 ਕਿਲੋਮੀਟਰ ਕਾਰ ਚੱਲੀ ਵਰਗਾ ਚਲਾਵਾ ਹੁੰਦਾ ਔਰ ਇਹ ਚੀਜ਼ ਦੀ ਗਰੰਟੀ ਹੋਊ ਕੋਈ ਵੀਰ ਸਾਡਾ ਟਰਾਈ ਲੈਣਾ ਚਾਹੇ ਮੈਂ ਟੁੱਟੇ ਰੋਡ 'ਤੇ ਵੀ ਉਹਨੂੰ ਜਾ ਕੇ ਟਰਾਈ ਕਰਾਊਂਗਾ ਔਰ ਜੇ ਕਾਰ ਖੜਕਾ ਦੜਕਾ ਕਰ ਜਾਏ ਜੋ ਮਾਨਦਾਨ ਕਹੋਗੇ ਫੁੱਲ ਕਰ ਦਾਂਗੇ ਔਰ ਇੱਦਾਂ ਦੀ ਕਾਰ ਦੁਬਾਰਾ ਵਾਰ ਵਾਰ ਨਹੀਂ ਲੱਭਦੀ ਜਿੱਦਾਂ ਦੀ ਕਾਰ ਹੈ VLX ਟੋਪ ਮਾਡਲ ਹੈ PB23 ਫਤਿਹਗੜ੍ਹ ਸਾਹਿਬ ਦਾ ਨੰਬਰ ਹੈ ਫਸਟ ਪਾਲਟੀ ਕਾਰ ਹੈ ਫੁੱਲ ਇਨਸ਼ੋਰਡ ਹੈ ਬ੍ਰਿਜਸਟੋਨ ਦੇ ਟਾਇਰ ਨਵੇਂ ਲੱਗੇ ਆ ਜੀ ਬਿਲਕੁਲ ਨਵੇਂ ਵਰਗੀ ਕਾਰ ਇਹਦੇ ਵਿੱਚ ਡਬਲ ਏਅਰ ਬੈਗ ਵਾਲਾ ਮਾਡਲ ਹੈ ਇਹਦੇ ਵਿੱਚ ਕਰੂਜ਼ ਮੋਡ ਵੀ ਹੈ VLX ਮਾਡਲ ਹੈ ਟੋਪ ਐਂਡ ਹੈ ਫਸਟ ਪਾਲਟੀ ਹੈ ਫੁੱਲ ਇਨਸ਼ੋਰਡ ਹੈ ਔਰ ਇੰਜਨ ਵਾਈਜ਼ ਵੀ ਤੁਸੀਂ ਦੇਖੋ ਬਿਲਕੁਲ ਕਾਰ ਇੰਜਨ ਵਾਈਜ਼ ਵੀ ਸਾਫ਼ ਸੁਥਰੀ ਕਲੀਨ ਕਾਰ ਇਹ ਸਰ ਆਪਾਂ ਕਾਰ ਦੇ ਦਾਂਗੇ 6,70,000 ਰੁਪਏ ਦੀ ਔਰ ਜਿਹੜਾ ਵੀਰ ਲੈ ਕੇ ਜਾਏਗਾ ਯਾਦ ਕਰੇਗਾ ਵੀ ਵਾਕਈ ਕਿਸੇ ਵੀਰ ਨੇ ਸਾਨੂੰ ਕਾਰ ਲੈ ਕੇ ਦਿੱਤੀ ਔਰ ਗਰੰਟੀ ਹੈ ਵੀ ਸਾਡੇ 10 ਕਸਟਮਰ ਜ਼ਰੂਰ ਸਾਡੇ ਨਾਲ ਹੋਰ ਜੋੜੇਗਾ ਵੀ ਜਿਹੜਾ ਕਾਰ ਲੈ ਕੇ ਜਾਏਗਾ ਸਵਿਫਟ ਡਿਜ਼ਾਇਰ ਜੀ ਪੈਟਰੋਲ ਵਰਜਨ ਆਟੋਮੈਟਿਕ ਅਲਾਈਟਰ ਬਹੁਤ ਵਧੀਆ ਕਰੋਮ ਦੇ ਅਲਾਈਟਰ ਲੱਗੇ ਲੈਦਰ ਦੇ ਸੀਟ ਕਵਰ ਲੱਗੇ ਐਕਸਟਰਾ ਬਕਟ ਫਿਟਿੰਗ ਕੰਪਨੀ ਸਟੀਰਿੰਗ ਸਿਸਟਮ ਸਟੀਅਰਿੰਗ ਕੰਟਰੋਲ ਆਟੋਮੈਟਿਕ ਵਰਜਨ ਗਿਆਰਾਂ ਕਿਲੋਮੀਟਰ ਟੋਟਲ ਕਾਰ ਰਨਿੰਗ ਬਿਲਕੁਲ ਨਵੇਂ ਵਰਗੀ ਕਾਰ ਸਰ VXI ਮਾਡਲ ਆਟੋਮੈਟਿਕ ਪੈਟਰੋਲ ਵਰਜਨ ਜਲੰਧਰ ਦਾ ਨੰਬਰ ਲੋਕਲ PB8 ਬੈਕ ਸੈਂਸਰ ਐਕਸਟਰਾ ਅਲਾਈਟਰ ਬਹੁਤ ਵਧੀਆ ਐਕਸਟਰਾ ਇੰਜਨ ਵਾਈਜ਼ ਵੀ ਤੁਹਾਨੂੰ ਦਿਖਾਉਂਦੇ ਹਾਂ ਬਿਲਕੁਲ ਕਲੀਨ ਕਾਰ ਸਾਫ਼ ਕਾਰ ਬਿਲਕੁਲ ਪੈਟਰੋਲ ਵਰਜਨ 2018 ਮਾਡਲ ਕਾਰ ਇਹ ਆਪਾਂ ਕਾਰ ਦੇ ਦਾਂਗੇ ਤੁਹਾਨੂੰ 6,35,000 ਰੁਪਏ ਦੀ ਸਿਰਫ 11,000 ਕਿਲੋਮੀਟਰ ਕਾਰ ਰਨਿੰਗ ਆਟੋਮੈਟਿਕ ਪੈਟਰੋਲ ਵਰਜਨ ਜੀ ਵੋਕਸਵੈਗਨ ਦੀ ਵੈਂਟੋ ਜੀ ਹਾਈਲੈਂਡ ਮਾਡਲ 2011 ਫਸਟ ਪਾਲਟੀ ਕਾਰ ਵਧੀਆ ਕੰਡੀਸ਼ਨ 'ਚ ਚਲਾਵਾ ਵੀ ਬਹੁਤ ਸੋਹਣਾ ਔਰ ਗੱਡੀ ਦਾ ਇੰਟੀਰੀਅਰ ਵਾਈਜ਼ ਵੀ ਔਰ ਕਾਰ ਚਲਾਉਣ ਵਾਈਜ਼ ਵੀ ਬਹੁਤ ਸੋਹਣੀ ਇੰਟੀਰੀਅਰ ਵਾਈਜ਼ ਵੀ ਕਾਰ ਬਹੁਤ ਵਧੀਆ ਔਰ ਜੈਨੂਨ 1,10,000 ਕਿਲੋਮੀਟਰ ਕਾਰ ਰਨਿੰਗ ਹੈ ਇੰਟੀਰੀਅਰ ਵਾਈਜ਼ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਇੰਟੀਰੀਅਰ ਕੰਪਨੀ ਅਲਾਈਵਿਲ ਸਟੈਰ ਲੋਕਲ ਨੰਬਰ ਹੈ ਜੀ ਜਲੰਧਰ ਦਾ PB8 ਹਾਈਲੈਂਡ ਮਾਡਲ ਹੈ 2011 ਡੀਜ਼ਲ ਵਰਜਨ ਇਹ ਸਰ ਆਪਾਂ ਕਾਰ ਦੇ ਦਾਂਗੇ 3,60,000 ਰੁਪਏ ਦੀ
2011 ਡੀਜ਼ਲ ਵਰਜਨ ਵਧੀਆ ਕੰਡੀਸ਼ਨ ਚ ਕਾਰ ਜੀ ਇਹ ਸਰ ਨੈਕਸਾ ਦੀ ਬਲੀਨੋ ਪੈਟਰੋਲ ਵਰਜਨ 2018 ਮਾਡਲ ਅਲਾਈਵਿਲ ਟਾਇਰ ਬਹੁਤ ਵਧੀਆ ਐਮ ਆਰ ਐਫ ਦੇ ਟਾਇਰ ਡੈਲਟਾ ਮਾਡਲ ਸਟੀਅਰਿੰਗ ਕੰਟਰੋਲ ਚਾਬੀ ਸੈਂਟਰ ਲੋਕਿੰਗ ਲੈਦਰ ਦੇ ਸੀਟ ਕਵਰ ਬਿਲਕੁਲ ਨਵੇਂ ਕਾਰ ਵੀ ਬਿਲਕੁਲ ਟੋਟਲ ਨਵੀਂ ਕਾਰ ਹੈ ਬਿਲਕੁਲ ਕਲੀਨ ਕਾਰ ਬਿਲਕੁਲ ਨਵੀਂ ਲੋਕਲ ਨੰਬਰ ਜਲੰਧਰ ਦਾ ਜੀ PB08 ਇਹ ਬੈਕ ਸੈਂਸਰ ਡੀਫੋਕਰ ਨੈਕਸਾ ਦੀ ਕਾਰ ਬਲੀਨੋ ਬਿਲਕੁਲ ਨਵੇਂ ਅਮਰ ਕੀ ਕਾਰ ਜੀ 2018 ਪੈਟਰੋਲ ਵਰਜਨ ਡੈਲਟਾ ਮਾਡਲ ਅਲਾਈਵਿਲ ਟਾਇਰ ਐਕਸਟਰਾ ਇਹ ਸਰ ਆਪਾਂ ਕਾਰ ਦੇ ਦਾਂਗੇ 6 ਲੱਖ ਰੁਪਏ ਦੀ